ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਣੀ ਅੱਜ ਦੀ ਵੀਡੀਓ ਉਹਨਾਂ ਭੈਣ ਭਰਾਵਾਂ ਦੇ ਲਈ ਆ ਜੋ ਕਹਿੰਦੇ ਸਾਨੂੰ ਪਾਠ ਕਰਨ ਦੇ ਲਈ ਸਮਾਂ ਨਹੀਂ ਮਿਲਦਾ, ਤਾਂ ਉਹਨਾਂ ਨੂੰ ਮਹਾਂਪੁਰਖ ਜੀ ਬੜੀਆਂ ਸੋਹਣੀਆਂ ਯੁਗਤੀਆਂ ਸਮਝਾਉਂਦੇ ਨੇ। ਮਹਾਂਪੁਰਖ ਜੀ ਕਹਿੰਦੇ ਜੇਕਰ ਤੁਸੀਂ ਰੋਜ਼ ਅੰਮ੍ਰਿਤ ਵੇਲੇ ਨਹੀਂ ਉੱਠ ਪਾਉਂਦੇ, ਉੱਠ ਕੇ ਨਾਮ ਨਹੀਂ ਜਪ ਪਾਉਂਦੇ, ਤਾਂ ਫਿਰ ਆਹ ਕੁਝ ਕੰਮ ਜ਼ਰੂਰ ਕਰਿਆ ਕਰੋ। ਇਸ ਤਰੀਕੇ ਦੇ ਨਾਲ ਨਾਮ ਜਪਿਆ ਕਰੋ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਤੁਹਾਡੀ ਇਹ ਹਾਜ਼ਰੀ ਵੀ ਜ਼ਰੂਰ ਪ੍ਰਮਾਣ ਹੋਵੇਗੀ। ਤਾਂ ਫਿਰ ਆਓ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਇਹ ਸਾਰੀ ਗੱਲਬਾਤ ਕਰਦੇ ਹਾਂ ਕਿ ਰਜੇਵਿਆਂ ਭਰੀ ਜ਼ਿੰਦਗੀ ਵਾਲੇ ਮਨੁੱਖ ਕਿੰਜ ਨਾਮ ਜਪ ਸਕਦੇ ਨੇ, ਕਿੰਜ ਆਪਣੇ ਵਾਹਿਗੁਰੂ ਅਕਾਲ ਪੁਰਖ ਜੀ ਦੇ ਚਰਨਾਂ ਵਿੱਚ ਆਪਣੀ ਹਾਜ਼ਰੀ ਲਗਾ ਸਕਦੇ ਆ। ਤਾਂ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਜੀ। ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਫਿਰ ਤੁਸੀਂ ਇਸ ਨੂੰ ਲਾਈਕ ਅਤੇ ਸ਼ੇਅਰ ਕਰ ਦੇਣਾ, ਨਾਲ ਨਾਲ ਕਮੈਂਟ ਬਾਕਸ ਦੇ ਵਿੱਚ ਜਾ ਕੇ ਆਪਣੇ ਵਿਚਾਰ ਜਾਂ ਫਿਰ ਵਾਹਿਗੁਰੂ ਜੀ ਜ਼ਰੂਰ ਲਿਖ ਕੇ ਆਉਣਾ। ਤਾਂ ਆਓ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ। ਸੰਗਤ ਜੀ, ਮਹਾਂਪੁਰਖ ਜੀ ਅਕਸਰ ਸਮਝਾਉਂਦੇ ਹੋਏ ਕਹਿੰਦੇ ਨੇ ਕਿ ਭਾਈ ਨਾਮ ਤੋਂ ਬਿਨਾਂ ਤਾਂ ਗੁਜ਼ਾਰਾ ਨਹੀਂ। ਆਪਾਂ ਜ਼ਿੰਦਗੀ ਦੇ ਵਿੱਚ ਜਿੰਨੀ ਮਰਜ਼ੀ ਧਨ ਦੌਲਤ ਇਕੱਠੀ ਕਰ ਲਈਏ, ਨਾਮ ਕਮਾ ਲਈਏ, ਜੋ ਮਰਜ਼ੀ ਇਕੱਠਾ ਕਰਕੇ ਰੱਖ ਲਓ, ਪਰ ਕੁਝ ਵੀ ਨਾਲ ਨਹੀਂ ਜਾਣਾ। ਇੱਕ ਸੂਈ ਮਾਤਰ ਚੀਜ਼ ਉਹ ਵੀ ਸਾਡੇ ਨਾਲ ਨਹੀਂ ਜਾਣੀ। ਨਾਲ ਜਾਣਾ ਹੈ ਨਾਮ, ਸਾਡੇ ਚੰਗੇ ਕਰਮ। ਇਸ ਕਰਕੇ ਆਪਣੇ ਦੁਨਿਆਵੀ ਕੰਮ ਧੰਦੇ ਕਰਨ ਦੇ ਨਾਲ ਨਾਲ ਨਾਮ ਦੀ ਕਮਾਈ ਵੀ ਕਰਨੀ ਆ, ਭਾਵ ਕਿ ਦੁਨਿਆਵੀ ਕੰਮ ਧੰਦੇ, ਦੁਨਿਆਵੀ ਜ਼ਿੰਮੇਵਾਰੀਆਂ ਵੀ ਨਿਭਾਉਣੀਆਂ ਨੇ, ਇਹਨਾਂ ਨੂੰ ਨਿਭਾਉਣ ਤੋਂ ਬਿਨਾਂ ਵੀ ਨਹੀਂ ਸਰਦਾ। ਪਰ ਨਾਲ ਨਾਲ ਇਹ ਵੀ ਯਾਦ ਰੱਖਣਾ ਹੈ ਕਿ ਮੈਂ ਨਾਮ ਦੀ ਕਮਾਈ ਵੀ ਇਕੱਠੀ ਕਰਨੀ ਆ, ਮੈਂ ਚੰਗੇ ਕਰਮ ਵੀ ਕਮਾਉਣੇ ਆ, ਤਾਂ ਜੋ ਮੈਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਪ੍ਰਵਾਨ ਹੋ ਸਕਾਂ। ਤਾਂ ਇਹਦੇ ਲਈ ਮਹਾਂਪੁਰਖ ਜੀ ਸਭ ਤੋਂ ਪਹਿਲੀ ਯੁਗਤੀ ਕਹਿੰਦੇ ਨੇ, ਜੋ ਕਹਿੰਦੇ ਆ ਸਾਡੇ ਤੋਂ ਨਾਮ ਨਹੀਂ ਜਪਿਆ ਜਾਂਦਾ। ਮਨ ਦੇ ਵਿੱਚ ਪੂਰਾ ਚਾਅ ਹੈ ਵੀ ਅਸੀਂ ਅੰਮ੍ਰਿਤ ਵੇਲੇ ਉੱਠੀਏ, ਨਾਮ ਜਪੀਏ, ਪਰ ਜ਼ਿੰਦਗੀ ਦੇ ਰਜੇਵੇ ਹੀ ਬਹੁਤ ਜ਼ਿਆਦਾ ਨੇ, ਜਾਂ ਸਰੀਰਕ ਕੋਈ ਪਰੇਸ਼ਾਨੀ ਹੈ ਜਿਸ ਦੇ ਕਾਰਨ ਉਹ ਰੋਜ਼ ਸਵੇਰੇ ਅੰਮ੍ਰਿਤ ਵੇਲੇ ਦੇ ਵਿੱਚ ਨਹੀਂ ਉੱਠ ਪਾਉਂਦੇ, ਉੱਠ ਕੇ ਨਾਮ ਨਹੀਂ ਜਪ ਪਾਉਂਦੇ। ਤਾਂ ਮਹਾਂਪੁਰਖ ਜੀ ਕਹਿੰਦੇ ਫਿਰ ਤੁਸੀਂ ਆਪਣਾ ਰੋਜ਼ ਦਾ ਨਿਯਮ ਬਣਾ ਲਓ। ਇੱਕ ਤਾਂ ਇਹ ਕਿ ਜਦੋਂ ਵੀ ਉੱਠਦੇ ਹੋ, ਭਾਵ ਕਿ ਭਾਵੇਂ ਤੁਸੀਂ ਜਲਦੀ ਉੱਠਦੇ ਹੋ, ਭਾਵੇਂ ਤੁਸੀਂ ਲੇਟ ਉੱਠਦੇ ਹੋ, ਉੱਠਦਿਆਂ ਸਾਰ ਕੋਈ 5-10 ਵਾਰ ਤਾਂ ਵਾਹਿਗੁਰੂ ਜੀ ਕਹਿ ਸਕਦੇ ਆ ਨਾ। ਜਿੰਨੀ ਵਾਰ ਵੀ ਤੁਸੀਂ ਵਾਹਿਗੁਰੂ ਜੀ ਦਾ ਜਾਪ ਕਰ ਸਕਦੇ ਹੋ, ਜਾਪ ਕਰੋ, ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰੋ। ਫਿਰ ਇਸ਼ਨਾਨ ਤਾਂ ਤੁਸੀਂ ਹਰ ਰੋਜ਼ ਕਰਦੇ ਹੀ ਹੋ ਨਾ, ਭਾਵੇਂ ਲੇਟ ਕਰਦੇ ਹੋ, ਭਾਵੇਂ ਟਾਈਮ ਨਾਲ ਕਰਦੇ ਹੋ, ਇਸ਼ਨਾਨ ਕਰਦੇ ਵਕਤ ਹੋਰ ਸੋਚਾਂ ਸੋਚਣ ਦੇ ਨਾਲੋਂ ਕਿੰਨਾ ਚੰਗਾ ਹੋਵੇਗਾ ਜੇ ਅਸੀਂ ਵਾਹਿਗੁਰੂ ਜਪਦੇ ਹਾਂ, ਇਸ਼ਨਾਨ ਕਰੀਏ। ਇਸ਼ਨਾਨ ਕਰਦੇ ਵਕਤ ਵੀ ਵਾਹਿਗੁਰੂ ਜੀ ਦਾ ਜਾਪ ਕਰਦੇ ਰਹੋ, ਜਾਂ ਮੂਲ ਮੰਤਰ ਜੀ ਦਾ ਜਾਪ ਕਰਦੇ ਰਹੋ। ਫਿਰ ਉਸ ਤੋਂ ਬਾਅਦ ਤਿਆਰ ਹੋ ਰਹੇ ਹਾਂ, ਜ਼ਰੂਰੀ ਤਾਂ ਨਹੀਂ ਵੀ ਆਪਾਂ ਤਿਆਰ ਹੋਣਾ ਹੈ, ਖਿੱਚਦਿਆਂ ਹੋਇਆਂ, ਕਾਹਲੇ ਪੈਂਦਿਆਂ ਹੋਇਆਂ, ਰੌਲਾ ਪਾਉਂਦਿਆਂ ਹੋਇਆਂ। ਕਈ ਵਾਰ ਇੱਦਾਂ ਹੁੰਦਾ ਨਾ, ਕੁਝ ਲੋਕ ਜਦੋਂ ਡਿਊਟੀ ਤੇ ਜਾਂਦੇ ਨੇ ਤਾਂ ਉਹਨਾਂ ਨੇ ਜਦੋਂ ਤਿਆਰ ਹੋਣਾ ਹੁੰਦਾ ਹੈ, ਉਹ ਰੌਲਾ ਹੀ ਪਾਈ ਜਾਣਗੇ, ਮੇਰੀ ਆਹ ਚੀਜ਼ ਕਿੱਥੇ ਆ, ਮੇਰੀ ਉਹ ਚੀਜ਼ ਕਿੱਥੇ ਆ। ਉਸ ਵਕਤ ਆਪਾਂ ਆਰਾਮ ਦੇ ਨਾਲ ਵਾਹਿਗੁਰੂ ਜੀ ਦਾ ਜਾਪ ਕਰਦਿਆਂ ਕਰਦਿਆਂ ਵੀ ਤਿਆਰ ਹੋ ਸਕਦੇ ਹਾਂ। ਫਿਰ ਜਦੋਂ ਕੰਮ 'ਤੇ ਜਾਣਾ ਹੈ, ਕੰਮ 'ਤੇ ਜਾਣ ਦੇ ਲਈ ਕਿੰਨਾ ਸਮਾਂ ਸਾਨੂੰ ਮਿਲਦਾ ਹੈ,
ਭਾਵੇਂ ਤੁਸੀਂ ਨੇੜੇ ਕਿਤੇ ਕੰਮ ਤੇ ਜਾਂਦੇ ਹੋ, ਭਾਵੇਂ ਤੁਸੀਂ ਸਫ਼ਰ ਕਰਕੇ ਕਿਸੇ ਥਾਂ ਤੇ ਜਾ ਰਹੇ ਹੋ, ਜਿੰਨਾ ਕੁ ਤੁਹਾਡੇ ਕੋਲ ਸਮਾਂ ਹੈ ਤੁਸੀਂ ਉਹ ਵੀ ਗੁਰੂ ਚਰਨਾਂ ਦੇ ਲੇਖੇ ਲਾ ਸਕਦੇ ਹੋ। ਉਸ ਤੋਂ ਬਾਅਦ ਰੋਟੀ ਖਾਣ ਵੇਲੇ, ਰੋਟੀ ਖਾਣ ਤੋਂ ਪਹਿਲਾਂ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰ ਲਿਆ, ਫਿਰ ਰੋਟੀ ਖਾਂਦੇ ਹਾਂ ਜਦੋਂ। ਇਹ ਗੱਲ ਜਿਹੜੀ ਹੈ ਨਾ, ਇਸ ਗੱਲ ਨੂੰ ਧਿਆਨ ਦੇ ਨਾਲ ਸੁਣਨਾ ਅਤੇ ਆਪਣੀ ਜ਼ਿੰਦਗੀ ਦੇ ਵਿੱਚ ਅਜਮਾਉਣਾ, ਇਹ ਕੰਮ ਅੱਜ ਤੋਂ ਹੀ ਕਰਕੇ ਵੇਖੋ। ਜਦੋਂ ਆਪਾਂ ਰੋਟੀ ਖਾਂਦੇ ਹਾਂ, ਬੁਰਗੀ ਤੋੜ ਕੇ ਮੂੰਹ ਦੇ ਵਿੱਚ ਪਾਈ, ਉਹਨੂੰ ਚਬਾਉਣਾ ਸ਼ੁਰੂ ਕਰ ਦਿੱਤਾ, ਜਿੰਨੀ ਵਾਰ ਆਪਾਂ ਚਬਾਉਂਦੇ ਹਾਂ ਨਾਲ ਨਾਲ ਸਾਡੇ ਵਾਹਿਗੁਰੂ ਵਾਹਿਗੁਰੂ ਚੱਲੇ, ਭਾਵ ਕਿ ਜਿਵੇਂ ਹੀ ਸਾਡਾ ਜਬਾੜਾ ਰੋਟੀ ਨੂੰ ਚਬਾ ਰਿਹਾ ਹੈ ਉਵੇਂ ਹੀ ਨਾਲ ਨਾਲ ਵਾਹਿਗੁਰੂ ਵਾਹਿਗੁਰੂ ਚੱਲੇ। ਤਾਂ ਹੁਣ ਦੇਖੋ, ਜਦੋਂ ਆਪਾਂ ਬੁਰਗੀ ਨੂੰ ਚਬਾ ਚਬਾ ਕੇ ਖਾਂਦੇ ਹਾਂ ਤਾਂ ਘੱਟੋ ਘੱਟ 20-25 ਵਾਰ ਉਸ ਬੁਰਗੀ ਨੂੰ ਆਪਾਂ ਚਬਾਉਂਦੇ ਹਾਂ ਤਾਂ 20-25 ਵਾਰ ਇੱਕ ਬੁਰਗੀ ਦੇ ਨਾਲ ਵਾਹਿਗੁਰੂ ਸਾਡੇ ਅੰਦਰ ਗਿਆ, ਕਿੰਨਾ ਭਲਾ ਹੋ ਸਕਦਾ ਹੈ ਸਾਡਾ ਜੇਕਰ ਅਸੀਂ ਆਪਣੇ ਜਿਹੜੇ 2-4 ਪ੍ਰਸ਼ਾਦੇ ਛਕਦੇ ਹਾਂ ਉਹਨਾਂ ਨੂੰ ਵਾਹਿਗੁਰੂ ਵਾਹਿਗੁਰੂ ਜਪਦਿਆਂ ਹੋਏ ਹਾਂ। ਬੋਲ ਕੇ ਨਹੀਂ ਜਪਣਾ, ਮਨ ਦੇ ਵਿੱਚ ਹੀ ਰੋਟੀ ਚਬਾ ਰਹੇ ਹਾਂ, ਮਨ ਦੇ ਵਿੱਚ ਵਾਹਿਗੁਰੂ 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 ਚੱਲ ਰਿਹਾ ਹੈ। ਇਸੇ ਤਰ੍ਹਾਂ ਜੇ ਭੈਣਾਂ ਬੀਬੀਆਂ ਨੇ ਉਹ ਭੋਜਨ ਪ੍ਰਸ਼ਾਦਾ ਬਣਾਉਂਦੀਆਂ ਨੇ ਉਦੋਂ ਵਾਹਿਗੁਰੂ ਵਾਹਿਗੁਰੂ ਜੀ ਦਾ ਜਾਪ ਕਰ ਲਓ, ਮੂਲ ਮੰਤਰ ਜੀ ਦਾ ਜਾਪ ਕਰ ਲਓ। ਜੇਕਰ ਗੁਰਬਾਣੀ ਦਾ ਕੋਈ ਹੋਰ ਸ਼ਬਦ ਕੰਠਿਆ, ਕੋਈ ਹੋਰ ਪਾਠ ਕੰਠਿਆ, ਉਹ ਪਾਠ ਕਰਦਿਆਂ ਹੋਇਆਂ, ਸ਼ਬਦ ਜਾਪ ਕਰਦਿਆਂ ਹੋਇਆਂ ਭੋਜਨ ਪ੍ਰਸ਼ਾਦਾ ਬਣਾ ਲਓ। ਜਦੋਂ ਆਪਾਂ ਭੋਜਨ ਪ੍ਰਸ਼ਾਦਾ ਬਣਾਉਂਦੇ ਹੋਏ ਖਾਂਦੇ ਹੋਏ ਵਾਹਿਗੁਰੂ ਜੀ ਦਾ ਨਾਮ ਜਪਦੇ ਹਾਂ ਜਾਂ ਸੁਣਦੇ ਹਾਂ ਤਾਂ ਇਹ ਆਪਾਂ ਸੋਚ ਵੀ ਨਹੀਂ ਸਕਦੇ ਵੀ ਸਾਡਾ ਕਿੰਨਾ ਭਲਾ ਹੋ ਰਿਹਾ ਹੈ। ਸਿਆਣੇ ਕਹਿੰਦੇ ਜਿਹਾ ਅੰਨ ਤਿਹਾ ਮਨ, ਇਹ ਜਿਹੜਾ ਭੋਜਨ ਪ੍ਰਸ਼ਾਦਾ ਹੈ ਨਾ, ਇਹ ਸਿਰਫ ਸਾਡੇ ਸਰੀਰ ਨੂੰ ਹੀ ਊਰਜਾ ਐਨਰਜੀ ਤਾਕਤ ਨਹੀਂ ਦਿੰਦਾ ਬਲਕਿ ਸਾਡੇ ਮਨ ਦੇ ਉੱਤੇ ਵੀ ਇਹ ਖਾਧੇ ਹੋਏ ਭੋਜਨ ਪ੍ਰਸ਼ਾਦੇ ਦਾ ਪ੍ਰਭਾਵ ਪੈਂਦਾ ਹੈ। ਤਾਂ ਫਿਰ ਆਪ ਸੋਚ ਕੇ ਦੇਖੋ, ਜਿਹੜਾ ਭੋਜਨ ਪ੍ਰਸ਼ਾਦਾ ਵਾਹਿਗੁਰੂ ਜਪਦਿਆਂ ਹੋਇਆ ਬਣਿਆ ਹੋਵੇ, ਭੈਣਾਂ ਬੀਬੀਆਂ ਨੇ ਆਟਾ ਗੁੰਨਣ ਤੋਂ ਲੈ ਕੇ ਰੋਟੀ ਪਕਾਉਣ ਤੱਕ ਖਵਾਉਣ ਤੱਕ ਵਾਹਿਗੁਰੂ ਜੀ ਦਾ ਜਾਪ ਕੀਤਾ ਹੋਵੇ ਤਾਂ ਉਹ ਕੋਈ ਆਮ ਭੋਜਨ ਪ੍ਰਸ਼ਾਦਾ ਨਹੀਂ ਰਹਿ ਜਾਵੇਗਾ, ਉਹ ਤਾਂ ਅੰਮ੍ਰਿਤ ਰੂਪੀ ਬਣ ਜਾਵੇਗਾ ਅਤੇ ਜਿਸ ਵੀ ਜੀ ਦੇ ਅੰਦਰ ਜਾਵੇਗਾ ਉਹਦੇ ਅੰਦਰ ਦੇ ਪਤਾ ਨਹੀਂ ਕਿੰਨੇ ਦੁੱਖ ਰੋਗ ਤਕਲੀਫਾਂ ਕੱਟੀਆਂ ਜਾਣਗੀਆਂ। ਹੁਣ ਕਈ ਭੈਣਾਂ ਨੇ ਉਹ ਕਹਿ ਦਿੰਦੀਆਂ, ਸਾਡੇ ਬੱਚੇ ਬਹੁਤ ਜ਼ਿਆਦਾ ਗੁੱਸਾ ਕਰਦੇ ਨੇ, ਜਿੱਦ ਕਰਦੇ ਨੇ, ਕਹਿਣੇ ਦੇ ਵਿੱਚ ਨਹੀਂ ਆ, ਗੱਲ ਗੱਲ ਦੇ ਉੱਤੇ ਕਾਹਲੇ ਪੈਂਦੇ ਨੇ। ਉਹ ਭੈਣਾਂ ਬੀਬੀਆਂ ਜੇਕਰ ਆਪਣੇ ਘਰ ਦਾ ਇਹ ਪੱਕਾ ਨਿਯਮ ਬਣਾ ਲੈਣ ਵੀ ਉਸ ਬੱਚੇ ਨੂੰ ਜਿਹੜਾ ਜਿੱਦ ਕਰਦਾ ਹੈ ਉਹਨੂੰ ਜਦੋਂ ਵੀ ਕੋਈ ਵੀ ਚੀਜ਼ ਖਾਣ ਪੀਣ ਨੂੰ ਦੇਣੀ ਹੈ ਨਾ, ਉਹ ਚੀਜ਼ ਖਾਣ ਪੀਣ ਨੂੰ ਦੇਣ ਤੋਂ ਪਹਿਲਾਂ ਉਸ ਚੀਜ਼ ਦੇ ਉੱਤੇ ਵਾਹਿਗੁਰੂ ਜੀ ਦਾ ਜਾਪ ਕੀਤਾ ਜਾਵੇ, ਚੌਪਈ ਸਾਹਿਬ ਜੀ ਦੀ ਬਾਣੀ ਪੜ੍ਹੀ ਜਾਵੇ। ਕਿਉਂਕਿ ਚੌਪਈ ਸਾਹਿਬ ਜੀ ਦੀ ਬਾਣੀ ਇੰਨੀ ਤਾਕਤਵਰ ਆ ਕਿ ਮੂਰਖਾਂ ਨੂੰ ਵੀ ਗਿਆਨੀ ਬਣਾ ਦਿੰਦੀ ਆ, ਗੂੰਗਿਆਂ ਨੂੰ ਵੀ ਰਸਨਾ ਦੇਣ ਵਾਲੀ ਬਾਣੀ ਆ। ਚੌਪਈ ਸਾਹਿਬ ਜੀ ਦੀ ਤਾਕਤ ਤਾਂ ਤੁਹਾਨੂੰ ਉਦੋਂ ਪਤਾ ਲੱਗੇਗਾ ਜਦੋਂ ਤੁਸੀਂ ਪੂਰੇ ਭਰੋਸੇ ਦੇ ਨਾਲ ਇੱਕ ਮਨ ਇੱਕ ਚਿੱਤ ਹੋ ਕੇ ਰੋਜ਼ ਨੇਮ ਦੇ ਨਾਲ ਚੌਪਈ ਸਾਹਿਬ ਜੀ ਦੀ ਬਾਣੀ ਪੜ੍ਹੋਗੇ। ਜਿਹੜਾ ਬੱਚਾ ਜਿੱਦ ਕਰਦਾ ਹੈ, ਜਿਹੜਾ ਬੱਚਾ ਪੜ੍ਹਾਈ ਦੇ ਵਿੱਚੋਂ ਕਮਜ਼ੋਰ ਆ, ਗੱਲ ਗੱਲ ਦੇ ਉੱਤੇ ਗੁੱਸਾ ਕਰਦਾ ਹੈ, ਉਹਦੇ ਲਈ ਜੋ ਵੀ ਖਾਣਾ ਬਣਾਉਣਾ ਹੈ, ਭੋਜਨ ਪ੍ਰਸ਼ਾਦਾ ਬਣਾਉਣਾ, ਚੌਪਈ ਸਾਹਿਬ ਜੀ ਦੀ ਬਾਣੀ ਪੜ੍ਹ ਲਓ ਜਾਂ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਨਾਮ ਦਾ ਸਿਮਰਨ ਕਰ ਲਓ। ਦੇਖਣਾ ਜਿੱਥੇ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਨਾਮ ਦਾ ਸਿਮਰਨ ਹੁੰਦਾ ਹੈ ਨਾ, ਜਿਸ ਰਸਨਾ ਦੇ ਉੱਤੇ ਵੀ ਧੰਨ ਗੁਰੂ ਰਾਮਦਾਸ ਪਾਤਸ਼ਾਹ ਆ ਗਿਆ, ਉਸ ਹਿਰਦੇ ਦੇ ਵਿੱਚ ਨਿਮਰਤਾ ਆਪਣੇ ਆਪ ਆ ਜਾਂਦੀ ਆ ਅਤੇ ਉਸ ਘਰ ਦੇ ਵਿੱਚ ਬਰਕਤਾਂ, ਉਹਨਾਂ ਨੂੰ ਤਾਂ ਫਿਰ ਆਉਣਾ ਹੀ ਪੈਂਦਾ। ਕਿਉਂਕਿ ਮਹਾਂਪੁਰਖ ਜੀ ਅਕਸਰ ਸਮਝਾਉਂਦੇ ਹੋਏ ਕਹਿੰਦੇ ਨੇ ਕਿ ਇਹ ਮਾਇਆ, ਇਹ ਤਾਂ ਗੁਰੂ ਰਾਮ
ਰਾਮਦਾਸ ਪਾਤਸ਼ਾਹ ਜੀ ਦੇ ਘਰ ਦੀ ਦਾਸੀ ਆ। ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜ਼ਰੂਰ ਜਾਓ, ਕਿਉਂਕਿ ਜੋ ਸਕੂਨ ਉੱਥੇ ਆ ਨਾ, ਉਹ ਸਕੂਨ ਤੁਹਾਨੂੰ ਹੋਰ ਕਿਤੋਂ ਨਹੀਂ ਮਿਲਣਾ। ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੇ ਵਿੱਚ ਕਦਮ ਰੱਖਦਿਆਂ ਸਾਰ ਬੰਦਾ ਆਪਣੀਆਂ ਸਾਰੀਆਂ ਟੈਨਸ਼ਨਾਂ ਚਿੰਤਾਵਾਂ ਭੁੱਲ ਜਾਂਦਾ ਹੈ। ਤਾਂ ਜਦੋਂ ਵੀ ਸੱਚਖੰਡ ਦਰਬਾਰ ਸਾਹਿਬ ਦੇ ਵਿੱਚ ਜਾਓ, ਪਰਿਕਰਮਾ ਦੇ ਵਿੱਚ ਬੈਠ ਕੇ ਕੁਝ ਦੇਰ ਨਾਮ ਜ਼ਰੂਰ ਜਪਣਾ ਚਾਹੀਦਾ ਹੈ। ਜਦੋਂ ਅੰਦਰ ਦਰਸ਼ਨ ਕਰਨ ਜਾਣਾ ਹੈ, ਉਦੋਂ ਵੀ ਇੱਧਰ ਉੱਧਰ ਆਉਂਦੀ ਜਾਂਦੀ ਸੰਗਤ ਵੱਲ ਹੀ ਨਹੀਂ ਦੇਖਦੇ ਰਹਿਣਾ, ਉੱਥੇ ਵੀ ਨਾਮ ਜਪਦੇ ਹੋਏ ਜਾਣਾ ਹੈ, ਨਾਮ ਜਪਦੇ ਹੋਏ ਆਉਣਾ ਹੈ। ਮੱਥਾ ਟੇਕਣ ਵਾਲੀ ਲਾਈਨ ਦੇ ਵਿੱਚ ਸਾਨੂੰ ਭਾਵੇਂ ਇੱਕ ਘੰਟਾ ਲੱਗੇ, ਦੋ ਲੱਗੇ ਅਤੇ ਭਾਵੇਂ ਚਾਰ ਲੱਗਣ, ਵਾਹਿਗੁਰੂ ਵਾਹਿਗੁਰੂ ਕਰਦੇ ਅੰਦਰ ਜਾਈਏ। ਧੰਨ ਗੁਰੂ ਰਾਮਦਾਸ, ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਨਾਮ ਦਾ ਸਿਮਰਨ ਕਰਦੇ ਹੋਏ ਜਾਈਏ। ਜਾਂ ਫਿਰ ਜੋ ਵੀ ਕੀਰਤਨ ਚੱਲ ਰਿਹਾ ਹੈ, ਉਹਦੇ ਇੱਕ ਇੱਕ ਸ਼ਬਦ ਨੂੰ ਧਿਆਨ ਦੇ ਨਾਲ ਸੁਣੀਏ, ਦੇਖਣਾ ਮਨ ਨੂੰ ਕਿੰਨਾ ਸਕੂਨ ਮਿਲਦਾ, ਕਿੰਨਾ ਕੁਝ ਉੱਥੋਂ ਲੈ ਕੇ ਆਓਗੇ। ਅਤੇ ਜਦੋਂ ਵੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਦਰ 'ਤੇ ਜਾਣਾ ਹੈ ਨਾ, ਉੱਥੋਂ ਅੰਮ੍ਰਿਤ ਵੇਲਾ ਅਤੇ ਅੰਮ੍ਰਿਤ ਵੇਲੇ ਦਾ ਨਿਤਨੇਮ ਮੰਗਣਾ ਹੈ। ਕਿਉਂਕਿ ਜਿਸ ਬੰਦੇ ਨੂੰ ਅੰਮ੍ਰਿਤ ਵੇਲਾ ਮਿਲ ਗਿਆ, ਅੰਮ੍ਰਿਤ ਵੇਲੇ ਦਾ ਨਾਮ ਮਿਲ ਗਿਆ, ਉਹਨੂੰ ਕਦੇ ਵੀ ਕੁਝ ਮੂੰਹ ਬੋਲ ਕੇ ਮੰਗਣਾ ਨਹੀਂ ਪੈਂਦਾ। ਸਤਿਗੁਰ ਸੱਚੇ ਪਾਤਸ਼ਾਹ ਬਿਨਾਂ ਬੋਲਿਆਂ ਬਿਨਾਂ ਮੰਗਿਆਂ ਹੀ ਝੋਲੀਆਂ ਭਰ ਦਿੰਦੇ ਨੇ। ਤਾਂ ਫਿਰ ਆਪਾਂ ਆਪਣੇ ਗੁਰੂ ਪਾਤਸ਼ਾਹ ਤੋਂ ਅੰਮ੍ਰਿਤ ਵੇਲਾ ਅਤੇ ਅੰਮ੍ਰਿਤ ਵੇਲੇ ਦਾ ਨਾਮ ਮੰਗਣਾ ਹੈ। ਜਿੰਨੀ ਦੇਰ ਤੱਕ ਅੰਮ੍ਰਿਤ ਵੇਲੇ ਨਹੀਂ ਉੱਠਿਆ ਜਾਂਦਾ, ਉੱਠ ਕੇ ਨਾਮ ਨਹੀਂ ਜਪਿਆ ਜਾਂਦਾ, ਉੱਨੀ ਦੇਰ ਤੱਕ ਆਪਣੇ ਕੰਮ ਧੰਦੇ ਕਰਦਿਆਂ ਹੋਇਆਂ, ਕੰਮ 'ਤੇ ਜਾਂਦਿਆਂ ਹੋਇਆਂ, ਇਸ਼ਨਾਨ ਕਰਦੇ ਵਕਤ, ਰੋਟੀ ਬਣਾਉਂਦੇ ਵਕਤ, ਰੋਟੀ ਖਾਂਦੇ ਵਕਤ ਵਾਹਿਗੁਰੂ ਵਾਹਿਗੁਰੂ ਜੀ ਜਪਦੇ ਰਹਿਣਾ ਹੈ। ਕਿਉਂਕਿ ਮਹਾਂਪੁਰਖ ਜੀ ਕਹਿੰਦੇ, ਜਾਗ ਲਾਉਣ ਦੇ ਲਈ ਸਿਰਫ ਇੱਕੋ ਚਮਚਾ ਦਹੀਂ ਦਾ ਬਹੁਤ ਹੁੰਦਾ ਹੈ। ਕੁਇੰਟਲਾਂ ਦੇ ਕੁਇੰਟਲ ਦੁੱਧ ਨੂੰ ਇੱਕ ਦੋ ਚਮਚੇ ਜਾਗ ਦੇ ਦਹੀਂ ਬਣਾ ਦਿੰਦੇ ਨੇ। ਉਸੇ ਤਰ੍ਹਾਂ ਜਦੋਂ ਆਪਾਂ ਇਸ ਤਰੀਕੇ ਦੇ ਨਾਲ ਵਾਹਿਗੁਰੂ ਜੀ ਦਾ ਨਾਮ ਜਪਾਂਗੇ, ਉੱਠਦਿਆਂ ਬਹਿੰਦਿਆਂ ਆਪਣੇ ਕੰਮ ਕਾਰ ਕਰਦਿਆਂ ਹੋਇਆਂ ਇਸ਼ਨਾਨ ਕਰਦਿਆਂ, ਜਦੋਂ ਹੀ ਵਾਹਿਗੁਰੂ ਜੀ ਦਾ ਨਾਮ ਸਾਡੀ ਰਸਨਾ ਦੇ ਉੱਤੇ ਆ ਗਿਆ, ਸਮਝੋ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਸਾਡੀ ਹਾਜ਼ਰੀ ਲੱਗਣੀ ਸ਼ੁਰੂ ਹੋ ਗਈ, ਅਸੀਂ ਮਾਲਕ ਦੀ ਨਜ਼ਰ ਦੇ ਵਿੱਚ ਆ ਗਏ। ਸਤਿਗੁਰੂ ਸੱਚੇ ਪਾਤਸ਼ਾਹ ਨੇ ਫਿਰ ਆਪੇ ਹੀ ਕਿਰਪਾ ਕਰਕੇ ਅੰਮ੍ਰਿਤ ਵੇਲਾ ਵੀ ਬਖਸ਼ ਦੇਣਾ ਹੈ, ਅੰਮ੍ਰਿਤ ਵੇਲੇ ਦਾ ਨਾਮ ਵੀ ਬਖਸ਼ ਦੇਣਾ ਹੈ। ਇਸ ਕਰਕੇ ਜਿੰਨੀ ਦੇਰ ਤੱਕ ਨਹੀਂ ਉੱਠਿਆ ਜਾਂਦਾ ਇਹ ਜੁਗਤੀਆਂ ਅਪਣਾਉਣੀਆਂ, ਅਤੇ ਜਦੋਂ ਅੰਮ੍ਰਿਤ ਵੇਲਾ ਮਿਲ ਜਾਵੇ ਉਦੋਂ ਵੀ ਇਹ ਜੁਗਤੀਆਂ ਇਸੇ ਤਰ੍ਹਾਂ ਹੀ ਅਪਣਾਉਣੀਆਂ ਨੇ। ਇਹ ਕੰਮ ਤਾਂ ਅੰਮ੍ਰਿਤ ਵੇਲੇ ਉੱਠਣ ਵਾਲਿਆਂ ਨੇ ਵੀ ਕਰਨਾ ਹੈ, ਅਤੇ ਜਿਨ੍ਹਾਂ ਤੋਂ ਨਹੀਂ ਉੱਠਿਆ ਜਾਂਦਾ ਉਹ ਵੀ ਜ਼ਰੂਰ ਕਰਨਾ।